ਹਾਂਜੀ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਫੂਡ ਅੰਬਰਸਰੀ। ਅਤੇ ਇੱਕ ਵਾਰੀ ਮੈਂ ਤੁਹਾਨੂੰ ਫਿਰ ਪੁਰਾਣੇ ਅੰਬਰਸਰ ਦੇ ਵਿੱਚ ਪੁਰਾਣੀਆਂ ਗਲੀਆਂ ਦੇ ਵਿੱਚ ਲਾਇਆ ਵਾਂ। ਅੰਬਰਸਰ ਦੀ ਨਗਰੀ, ਗੁਰੂ ਦੀ ਨਗਰੀ, ਪਿਆਰ ਦੀ ਨਗਰੀ ਅਤੇ ਸਵਾਦ ਦੀ ਨਗਰੀ। ਅਤੇ ਅੱਜ ਮੈਂ ਫਿਰ ਤੁਹਾਨੂੰ ਗੋਲਡਨ ਟੈਂਪਲ ਸ਼੍ਰੀ ਦਰਬਾਰ ਸਾਹਿਬ ਦੇ ਕੋਲ ਲੈ ਕੇ ਆਇਆ ਵਾਂ। ਅਤੇ ਅੱਜ ਆਪਾਂ ਆਏ ਹਾਂ ਚਮਨ ਸਵੀਟਸ। ਇੱਥੇ ਨਾ ਅੰਮ੍ਰਿਤਸਰ ਦੀ ਮਸ਼ਹੂਰ ਲੱਸੀ ਮਿਲਦੀ ਹੈ, ਠੀਕ ਹੈ ਜੀ। ਸਪੈਸ਼ਲ ਦੁੱਧ ਮਿਲਦਾ ਵਾ, ਕੜਾਹੇ ਵਾਲਾ ਕੇਸਰ ਦਾ ਦੁੱਧ। ਅਤੇ ਟੇਸਟ ਕਰਾਂਗੇ ਅਤੇ ਨਾਲੇ ਓਨਰ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਹਿਸਟਰੀ ਬਾਰੇ ਜਾਣਾਂਗੇ। ਅਤੇ ਸਾਡੇ ਚੈਨਲ 'ਤੇ ਨਵੇਂ ਹਾਂ ਤਾਂ ਪਲੀਜ਼ ਸਾਡੇ ਚੈਨਲ ਸਬਸਕ੍ਰਾਈਬ ਕਰਨਾ ਵਾ। ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰਿਓ ਵੀਡੀਓ ਕਿੱਦਾਂ ਦੀ ਲੱਗੀ। ਅਤੇ ਤੁਸੀਂ ਕੜਾਹਾ ਵੇਖੋਗੇ ਨਾ, ਆਹ ਸਾਈਜ਼ ਨਹੀਂ, ਆਹ ਵਾਲਾ ਸਾਈਜ਼, ਇਹਦੇ ਨਾਲ ਵੀ ਸ਼ਾਇਦ ਵੱਡਾ ਹੋ ਸਕਦਾ, ਠੀਕ ਹੈ ਜੀ। ਅਤੇ ਚਲੋ ਜੀ ਵੇਖਦੇ ਹਾਂ ਜੀ। ਹਾਂਜੀ, ਤਾਂ ਆਪਾਂ ਦੁਕਾਨ 'ਤੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਸਤਿ ਸ਼੍ਰੀ ਅਕਾਲ ਭਾਅ ਜੀ। ਸਤਿ ਸ਼੍ਰੀ ਅਕਾਲ ਜੀ, ਆਪਣਾ ਨਾਮ ਦੱਸੋ ਕੀ ਹੈ? ਸਰ, ਮੇਰਾ ਨਾਮ ਗੋਲਡੀ ਆ। ਅੱਛਾ, ਅਤੇ ਮੈਨੂੰ ਦੱਸੋ ਆਪਣੇ ਹਿਸਟਰੀ ਬਾਰੇ, ਜੋ ਦੁਕਾਨ ਦੀ ਕਿੰਨਾ ਚਿਰ ਹੋ ਗਿਆ? 1983 ਤੋਂ ਦੁਕਾਨ ਚੱਲਦੀ ਪਈ ਆ, ਮੇਰੇ ਫਾਦਰ ਸਾਹਿਬ ਕਰ ਰਹੇ ਆ ਕੰਮ। ਅੱਛਾ ਜੀ, ਅਤੇ ਬਾਕੀ ਅੱਗੇ ਅਸੀਂ ਲੱਗੇ ਹੋਏ ਹਾਂ। ਅੱਛਾ ਜੀ, ਅਤੇ ਸਾਡਾ ਕੜਾਈ ਵਾਲਾ ਦੁੱਧ ਬੜਾ ਮਸ਼ਹੂਰ ਇੱਥੇ ਦਾ। ਅੱਛਾ, ਕੜਾਈ ਵਾਲਾ, ਮਲਾਈ ਵਾਲਾ, ਪਿਸਤੇ ਵਾਲਾ, ਕੇਸਰ ਵਾਲਾ, ਡਰਾਈ ਫਰੂਟ ਵਾਲਾ, ਚੋਕਲੇਟ ਵਾਲਾ। ਅੱਛਾ ਜੀ, ਅਲੱਗ ਅਲੱਗ ਤਰ੍ਹਾਂ ਤੋਂ ਪਸੰਦ ਕਰਦੇ ਆ ਲੋਕ। ਅੱਛਾ ਜੀ, ਤਿਆਰ ਹੋ ਰਿਹਾ। ਅਤੇ ਆਪਣਾ ਲੋਕੇਸ਼ਨ ਦੱਸੋ, ਲੋਕੇਸ਼ਨ ਕੀ ਹੈ? ਲੋਕੇਸ਼ਨ ਆਪਣੀ ਗੋਲਡਨ ਟੈਂਪਲ ਕੋਲ ਹੈ, ਆਪਣਾ ਸਰਾਂ ਦੇ ਰਸਤਾ ਜਾ ਰਿਹਾ, ਸਰਾਂ ਵਾਲੀ ਸਾਈਡ ਤੋਂ। ਅਤੇ ਮਾਨਾ ਸਿੰਘ ਰੋਡ, ਮਾਨਾ ਸਿੰਘ ਰੋਡ ਚਮਨ ਸਵੀਟ ਦੀ ਸ਼ੋਪ ਦਾ ਨਾਮ ਹੈ। ਬੜੀ ਪੁਰਾਣੀ ਸ਼ੋਪ ਹੈ, 1983 ਤੋਂ ਚੱਲਦਾ। ਅਤੇ ਟਾਈਮਿੰਗ ਤਾਂ ਦੱਸ ਦਿਓ ਜੀ। ਟਾਈਮਿੰਗ ਸਵੇਰੇ 7:30 ਤੋਂ ਰਾਤੀ 11:30 ਵਜੇ ਤੱਕ। ਸਵੇਰੇ 7:30 ਤੋਂ ਲੈ ਕੇ ਰਾਤੀ 11:30 ਵਜੇ ਤੱਕ। ਰਾਤੀ 11:30 ਵਜੇ ਤੱਕ ਦੁੱਧ ਸਵੇਰ ਤੋਂ ਸਟਾਰਟਿੰਗ ਹੋ ਜਾਂਦਾ, 7:30 ਤੋਂ ਸਟਾਰਟਿੰਗ ਚੱਲ ਜਾਂਦਾ। ਰੈਗੂਲਰ ਹੈ, ਗਰਮੀਆਂ 'ਚ, ਸਰਦੀਆਂ 'ਚ ਮਿਲਣਾ ਹੀ ਮਿਲਣਾ। ਕੀ ਤੁਹਾਡੀ ਸਪੈਸ਼ਲਟੀ? ਕੀ ਕੜਿਆ ਦੁੱਧ ਫੇਮਸ, ਜ਼ਿਆਦਾ ਫੇਮਸ ਹੈਗਾ ਕੜਿਆ ਦੁੱਧ, ਜਿਹੜੇ ਲੋਕ ਜ਼ਿਆਦਾ ਪਸੰਦ ਕਰਦੇ ਪਏ ਆ ਸ਼ੁਰੂ ਤੋਂ, ਜਿਹੜਾ ਕੜਿਆ ਪਸੰਦ। ਪਰ ਕੇਸਰ, ਡਰਾਈ ਫਰੂਟ ਵਗੈਰਾ ਅੱਜ ਕੱਲ੍ਹ ਲੋਕ ਹੋਰ ਜ਼ਿਆਦਾ ਪਸੰਦ ਕਰਨ ਲੱਗ ਪਏ, ਉਹਦੇ ਕਰਕੇ ਫਿਰ ਕੇਸਰ, ਡਰਾਈ ਫਰੂਟ ਵਗੈਰਾ ਐਡ ਕਰ ਦਈਦੇ ਵਿੱਚ ਕੜੇ ਦੁੱਧ ਦੇ ਵਿੱਚ। ਥੈਂਕ ਯੂ ਬਹੁਤ। ਅਤੇ ਕਰਦੇ ਹਾਂ ਜੀ ਆਪਾਂ ਵੀ ਟੇਸਟ। ਹਾਂਜੀ, ਤਾਂ ਫਾਈਨਲੀ ਆਪਣਾ ਬਈ ਦੁੱਧ ਆ ਗਿਆ ਵਾ, ਕੇਸਰ ਬਦਾਮ ਵਾਲਾ। ਦਿਖਾਓ ਬਈ ਦੁੱਧ, ਆ ਦੇਖੋ ਜੀ, ਬਦਾਮ, ਕੇਸਰ, ਮਲਾਈ, ਓਏ ਹੋਏ ਹੋਏ, ਵੇਖ ਕੇ ਮੂੰਹ ਦੇ ਵਿੱਚ ਬਈ ਪਾਣੀ ਆਉਣ ਡਿਆ ਵਾ, ਪਰ ਅਸੀਂ ਪਾਣੀ ਨਹੀਂ ਪੀਣਾ, ਅਸੀਂ ਦੁੱਧ ਪੀਣਾ। ਅਤੇ ਕਰਦੇ ਹਾਂ ਜੀ ਟੇਸਟ, ਪਹਿਲਾਂ ਤਾਂ ਖਾਵਾਂਗੇ ਆਪਾਂ ਬਦਾਮ। ਓ ਵਾਓ, ਲੁੱਕ ਐਟ ਦਿਸ ਯਾਰ,
ਬਦਾਮ ਮਜ਼ਾ ਨਹੀਂ ਆਉਣਾ ਡਿਲੀਸ਼ੀਅਸ ਇੰਨੀ ਗੱਲ ਤੁਹਾਨੂੰ ਦੱਸਣਾ ਚਾਹੁੰਦਾ ਵਾ ਇੱਕ ਗਲਾਸ ਆ ਸਾਡੇ ਤੋਂ ਠੀਕ ਹੈ ਜੀ ਇਹ ਮਿੱਟੀ ਦਾ ਭਾਂਡਾ ਵੇਖੋ ਜੀ ਮਿੱਟੀ ਦੇ ਭਾਂਡੇ ਵਿੱਚ ਦਿੰਦੇ ਆ ਅਤੇ ਆਪਣਾ ਇੱਕ ਗਲਾਸ ਹੋਰ ਆ ਪੱਕਾ ਇੱਕ ਪੀ ਕੇ ਇੱਕ ਹੋਰ ਆ ਬਹੁਤ ਵਧੀਆ ਜੀ ਸੋ ਅਸੀਂ ਕੇਸਰ ਬਦਾਮ ਵਾਲਾ ਦੁੱਧ ਕਰਾਇਆ ਸੀ ਬਦਾਮ ਮਲਾਈ ਕੇਸਰ ਸਪੈਸ਼ਲੀ ਇਹਨਾਂ ਨੇ ਭਾਂਡਾ ਵੇਖੋ ਜੀ ਕਿਹੜੇ ਜੀ ਪਾ ਦਿੱਤਾ ਅਤੇ ਤੁਸੀਂ ਜਦੋਂ ਵੀ ਅੰਮ੍ਰਿਤਸਰ ਆਓ ਜਾਂ ਅੰਮ੍ਰਿਤਸਰ ਦੇ ਰਹਿਣ ਵਾਲੇ ਜੀ ਚਮਨ ਸਵੀਟਸ ਠੀਕ ਹੈ ਜੀ ਇੱਕ ਵਾਰੀ ਮੈਨਿਊ ਦਿਖਾ ਦਿਓ ਬਈ ਦੁਬਾਰਾ ਇਹ ਮੈਨਿਊ ਇਹਨਾਂ ਦਾ ਕੇਸਰ ਲੱਸੀ ਮੱਖਣ ਲੱਸੀ ਬਹੁਤ ਵਰਾਇਟੀ ਆ ਠੀਕ ਹੈ ਜੀ ਅਤੇ ਤੁਸੀਂ ਜਦੋਂ ਵੀ ਅੰਮ੍ਰਿਤਸਰ ਆਉਂਦੇ ਜੀ ਲੋਕੇਸ਼ਨ ਦਾ ਤੁਹਾਨੂੰ ਜ਼ਰੂਰ ਪਤਾ ਲੱਗ ਗਿਆ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਾਂਗਾ ਠੀਕ ਹੈ ਜੀ ਲੋਕੇਸ਼ਨ ਦਾ ਵੀ ਪਾ ਦਾਂਗਾ ਅਤੇ ਬਹੁਤ ਸਵਾਦ ਜੀ ਦੁੱਧ ਬਈ ਅਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਵਾ ਵੀਡੀਓ ਨੂੰ ਲਾਈਕ ਅਤੇ ਕਮੈਂਟ ਕਰਕੇ ਜ਼ਰੂਰ ਦੱਸੋ ਕਰੋ ਵੀਡੀਓ ਕਿੱਦਾਂ ਦੀ ਲੱਗਿਆ ਠੀਕ ਹੈ ਜੀ ਅਤੇ ਹੁਣ ਦਿਓ ਸਾਨੂੰ ਇਜਾਜ਼ਤ ਮਿਲਾਂਗੇ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਓਕੇ ਬਾਏ ਬਾਏ ਟਾਟਾ ਹੱਸਦਾ ਵੱਸਦਾ ਰਹੇ ਸਾਡਾ ਪੰਜਾਬ ਅਤੇ ਜ਼ਿੰਦਾਬਾਦ ਰਹਿਣ ਸਾਡੀਆਂ ਜਾਰੀਆਂ